ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਘਰ ਦੇ ਵਿੱਚ ਨਮਕੀਨ ਚੌਲ ਬਣਾਵਾਂਗੇ ਜੀ। ਇਹ ਚੌਲ ਬਹੁਤ ਟੇਸਟੀ ਬਣਨਗੇ। ਤੁਸੀਂ ਕਈ ਵਾਰੀ ਚੌਲ ਬਣਾਏ ਹੋਣਗੇ, ਪਰ ਮੇਰੇ ਇਸ ਤਰੀਕੇ ਨਾਲ ਜ਼ਰੂਰ ਇੱਕ ਵਾਰੀ ਚੌਲ ਘਰੇ ਬਣਾਇਓ, ਸਭ ਨੂੰ ਪਸੰਦ ਆਉਣਗੇ। ਤੇ ਵੀਡੀਓ ਦੇ ਨਾਲ ਜੁੜੇ ਰਹੋ ਜੀ, ਰੈਸਪੀ ਨੂੰ ਸਿੱਖਣ ਦੇ ਲਈ ਵੀਡੀਓ ਨੂੰ ਪੂਰਾ ਦੇਖਿਓ। ਜੇਕਰ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ, ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਚਲੋ ਜੀ, ਫਿਰ ਇਹ ਨਮਕੀਨ ਚੌਲਾਂ ਦੀ ਰੈਸਪੀ ਬਣਾਉਣੀ ਆਪਾਂ ਸਿੱਖ ਲੈਂਦੇ ਹਾਂ। ਤਾਂ ਚੁੱਲ੍ਹੇ ਤੇ ਰੱਖ ਲੈਂਦੇ ਹਾਂ ਜੀ ਆਪਾਂ ਇੱਕ ਪੈਨ, ਤੇ ਪੈਨ ਦੇ ਵਿੱਚ ਪਾਵਾਂਗੇ ਜੀ ਥੋੜ੍ਹਾ ਜਿਹਾ ਪਹਿਲਾਂ ਪਰਫੈਂਡ ਤੇਲ। ਤੁਸੀਂ ਨਾ ਦੇਸੀ ਘਿਓ 'ਚ ਵੀ ਬਣਾ ਸਕਦੇ ਹੋ। ਤੇ ਥੋੜ੍ਹਾ ਜਿਹਾ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬਟਰ। ਤੇ ਬਟਰ ਨੂੰ ਜੀ ਹਲਕਾ ਜਿਹਾ ਆਪਾਂ ਮੈਲਟ ਕਰ ਲਾਂਗੇ। ਜੇ ਆਪਾਂ ਇਕੱਲਾ ਬਟਰ ਯਾਨੀ ਕਿ ਮੱਖਣ ਵਰਤਾਂਗੇ ਨਾ, ਫਿਰ ਮੱਖਣ ਜਿਹੜਾ ਜਲ ਜਾਂਦਾ ਛੇਤੀ, ਇਸ ਕਰਕੇ ਨਾਲ ਪਰਫੈਂਡ ਤੇਲ ਦਾ 1.5 ਚਮਚ ਪਾ ਲੈਣਾ ਗਾ। ਤੇ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੇ ਡਰਾਈ ਫਰੂਟ ਭੁੰਨਾਂਗੇ, ਤੁਹਾਡੇ ਕੋਲ ਜੋ ਵੀ ਘਰੇ ਡਰਾਈ ਫਰੂਟ ਹੋਏ ਨਾ ਤੁਸੀਂ ਉਹੀ ਵਰਤ ਸਕਦੇ ਹੋ। ਮੇਰੇ ਕੋਲ ਕਾਜੂ ਬਦਾਮ ਤੇ ਥੋੜੇ ਜਿਹੇ ਪਿਸਤੇ ਆ, ਤੇ ਇਹਨਾਂ ਨੂੰ ਆਪਾਂ ਮੀਡੀਅਮ ਜੀ ਫਲੇਮ ਤੇ ਆ ਨਾ ਜਿਹੜਾ ਵਧੀਆ ਭੁੰਨ ਲਾਂਗੇ। ਤੇ ਡਰਾਈ ਫਰੂਟ ਜੀ ਇਸ ਤਰੀਕੇ ਨਾਲ ਨਾ ਆਪਾਂ ਭੁੰਨ ਲਏ, ਇਹਨਾਂ ਨੂੰ ਅਲੱਗ ਕੱਢ ਲਾਂਗੇ, ਇੱਕ ਬਰਤਨ ਦੇ ਵਿੱਚ ਕੱਢ ਕੇ ਰੱਖ ਲਾਂਗੇ ਆਪਾਂ। ਤੇ ਇਸੇ ਬਟਰ ਤੇ ਤੇਲ ਦੇ ਵਿੱਚ ਜੀ ਆਪਾਂ ਜਿਹੜੀਆਂ ਕਿਸ਼ਮਿਸ਼ ਯਾਨੀ ਕਿ ਦਾਖਾਂ, ਇਹਨਾਂ ਨੂੰ ਵੀ ਥੋੜ੍ਹਾ ਜਿਹਾ ਪਕਾ ਲਾਂਗੇ। ਤੇ ਦਾਖਾਂ ਜੀ ਇਸ ਤਰੀਕੇ ਨਾਲ ਫੁੱਲ ਗਈਆਂ ਵਧੀਆ, ਇਹਨਾਂ ਨੂੰ ਵੀ ਆਪਾਂ ਕੱਢ ਲਾਂਗੇ। ਇੱਥੇ ਜੀ ਆਪਣੇ ਕੋਲ ਹੈਗਾ ਪਨੀਰ, ਪਨੀਰ ਦੇ ਟੁਕੜੇ ਇਸ ਤਰੀਕੇ ਨਾਲ ਕੱਟ ਲਏ ਆਪਾਂ, ਤੇ ਬਟਰ ਜਿਹੜਾ ਗਰਮ ਕਰ ਲਿਆ, ਤੇ ਇਹਦੇ ਵਿੱਚ ਪਨੀਰ ਨੂੰ ਨਾ ਗੋਲਡਨ ਕਰ ਲਾਂਗੇ ਆਪਾਂ। ਤੇ ਇਸ ਤਰ੍ਹਾਂ ਜੀ ਦੋਨੋਂ ਸਾਈਡਾਂ ਤੋਂ ਨਾ ਆਪਾਂ ਪਨੀਰ ਨੂੰ ਬਿਲਕੁਲ ਗੋਲਡਨ ਕਰ ਲਾਂਗੇ। ਇਸ ਤਰੀਕੇ ਨਾਲ ਸਾਈਡਾਂ ਪਲਟ ਦਿਆਂਗੇ, ਦੇਖੋ ਕਿੰਨਾ ਵਧੀਆ ਕਲਰ ਆਉਣ ਲੱਗ ਗਿਆ। ਤੇ ਫਲੇਮ ਆਪਾਂ ਮੀਡੀਅਮ ਜੀ ਰੱਖਾਂਗੇ। ਤੇ ਪਨੀਰ ਨੂੰ ਜੀ ਚੰਗੇ ਤਰੀਕੇ ਨਾਲ ਆਪਾਂ ਦੋਨੋਂ ਸਾਈਡਾਂ ਤੋਂ ਗੋਲਡਨ ਕਰ ਲਿਆ, ਤੇ ਹੁਣ ਇਹਨੂੰ ਅਲੱਗ ਬਰਤਨ ਦੇ ਵਿੱਚ ਇੱਕ ਕੱਢ ਲੈਂਦੇ ਹਾਂ ਆਪਾਂ। ਤੇ ਹੁਣ ਜੀ ਉਸੇ ਤੇਲ ਦੇ ਵਿੱਚ ਆਪਾਂ ਸਬਜ਼ੀਆਂ ਨੂੰ ਵੀ ਪਹਿਲਾਂ ਹੀ ਪਕਾ ਲਾਂਗੇ। ਸਭ ਤੋਂ ਪਹਿਲਾਂ ਆਪਣੇ ਕੋਲ ਹੈਗਾ ਜੀ ਇੱਥੇ ਆਲੂ, ਤੇ ਆਲੂ ਨੂੰ ਇਸ ਤਰੀਕੇ ਨਾਲ ਕੱਟ ਲਿਆ ਸੀ ਮੈਂ, ਬਿਲਕੁਲ 4 ਪੀਸ ਕਰ ਲਏ ਆ। ਇਹਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਮਟਰ। ਇਹ ਮੇਰੇ ਕੋਲ ਫਰੈਸ਼ ਹਰੇ ਮਟਰ ਆ, ਤੁਸੀਂ ਫਰੋਜ਼ਨ ਮਟਰ ਵੀ ਵਰਤ ਸਕਦੇ ਹੋ। ਅਤੇ ਉਸ ਤੋਂ ਬਾਅਦ ਹੈਗੀ ਹੈ ਜੀ ਆਪਣੇ ਕੋਲ ਇੱਕ ਮੀਡੀਅਮ ਸਾਈਜ਼ ਦੀ ਗਾਜਰ, ਇਹਦੇ ਵੀ ਇਸ ਤਰੀਕੇ ਨਾਲ ਟੁਕੜੇ ਕਰ ਲਏ ਮੈਂ, ਬਿਲਕੁਲ ਬਰੀਕ ਲੰਬੇ ਟੁਕੜੇ ਕਰ ਲਏ ਆ, ਇਹ ਐਡ ਕਰ ਦਿਆਂਗੇ। ਅਤੇ ਇਹਦੇ ਨਾਲ ਹੀ ਹੈਗੀ ਜੀ ਆਪਣੇ ਕੋਲ ਸ਼ਿਮਲਾ ਮਿਰਚ, ਸਬਜ਼ੀਆਂ ਤੁਹਾਡੇ ਕੋਲ ਜੋ ਵੀ ਹੋਈਆਂ ਤੁਸੀਂ ਉਹੀ ਇਹਦੇ ਵਿੱਚ ਐਡ ਕਰ ਸਕਦੇ ਹੋ। ਅਤੇ ਸਬਜ਼ੀਆਂ ਨੂੰ ਨਾ ਆਪਾਂ ਬਿਲਕੁਲ ਮੀਡੀਅਮ ਜੀ ਫਲੇਮ 'ਤੇ ਜਿਹੜਾ ਨਰਮ ਹੋਣ ਤੱਕ ਪਕਾ ਲਾਂਗੇ। ਅਤੇ ਸਾਰੀਆਂ ਸਬਜ਼ੀਆਂ ਨੂੰ ਜੀ ਚੰਗੇ ਤਰੀਕੇ ਨਾਲ ਆਪਾਂ ਪਕਾ ਲਿਆ, ਅਤੇ ਸਬਜ਼ੀਆਂ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਆਪਾਂ ਕੱਢ ਲਾਂਗੇ। ਵਧੀਆ ਨਰਮ ਕਰ ਲੈਣਾ ਆਪਾਂ ਸਬਜ਼ੀਆਂ ਨੂੰ, ਜਿੰਨਾ ਕੁ ਵੀ ਤੁਸੀਂ ਪਕਾਉਣਾ ਹੋਇਆ ਨਾ ਉਨੀਆਂ ਕੁ ਪਹਿਲਾਂ 'ਚ ਤੁਸੀਂ ਇਸ ਤਰੀਕੇ ਨਾਲ ਪਕਾ ਲਿਓ। ਹੁਣ ਉਸੇ ਤੇਲ ਦੇ ਵਿੱਚ ਆਪਾਂ ਹੋਰ ਬਟਰ ਐਡ ਕਰ ਦਿਆਂਗੇ ਥੋੜ੍ਹਾ ਜਿਹਾ, ਅਤੇ ਇਹਦੇ ਵਿੱਚ ਆਪਾਂ ਤੜਕਾ ਲਾਵਾਂਗੇ। ਹੁਣ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਹੀ ਆ ਜਿਹੜੀਆਂ ਭੁੰਨ ਕੇ ਰੱਖ ਲਈਆਂ। ਹਲਕਾ ਜਿਹਾ ਬਟਰ ਨੂੰ ਗਰਮ ਕਰਨ ਤੋਂ ਬਾਅਦ ਮੈਂ ਇਹਦੇ ਵਿੱਚ ਪਾਉਂਗੀ ਜੀ 2 ਇਲਾਇਚੀਆਂ ਅਤੇ ਥੋੜ੍ਹਾ ਜਿਹਾ ਜੀਰਾ। ਸੁੱਕੇ ਮਸਾਲੇ ਤੁਹਾਡੇ ਕੋਲ ਜੋ ਵੀ ਘਰੇ ਹੋਏ ਨਾ ਤੁਸੀਂ ਉਹੀ ਐਡ ਕਰ ਲਿਓ। ਅਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਬਰੀਕ ਕੱਟੀਆਂ ਹੋਈਆਂ, ਅਤੇ ਅਦਰਕ ਲਸਣ ਦਾ ਪੇਸਟ ਬਿਲਕੁਲ ਅੱਧਾ ਅੱਧਾ ਚਮਚ। ਇਹਨਾਂ ਨੂੰ ਹਲਕੀ ਜਿਹੀ ਅੱਗ 'ਤੇ ਆਪਾਂ ਪਕਾ ਲਾਂਗੇ ਦੋਨੇ ਚੀਜ਼ਾਂ ਨੂੰ, ਜਦੋਂ ਤੱਕ ਕੱਚਾ ਪਾਣੀ ਖਤਮ ਹੋ ਜਾਂਦਾ। ਹੁਣ ਇਹਨਾਂ ਨੂੰ ਪਕਾ ਲਿਆ, ਅਤੇ ਇਹਦੇ ਵਿੱਚ ਆਪਾਂ ਉਬਲੇ ਹੋਏ ਚੌਲ ਐਡ ਕਰਾਂਗੇ ਜੀ। ਇੱਥੇ ਮੇਰੇ ਕੋਲ ਬਾਸਮਤੀ ਚੌਲ ਆ, ਇਹਨਾਂ ਨੂੰ ਪਹਿਲਾਂ ਹੀ ਜਿਹੜਾ ਮੈਂ ਉਬਾਲ ਕੇ ਰੱਖ ਲਿਆ ਸੀਗਾ, ਅਤੇ ਇਸ ਤਰੀਕੇ ਨਾਲ ਇਹ ਐਡ ਕਰ ਦਿਆਂਗੇ। ਅਤੇ ਇਹਨਾਂ ਨੂੰ ਵੀ ਇਸ ਤਰੀਕੇ ਨਾਲ ਆਪਾਂ ਮਿਕਸ ਕਰ ਲਾਂਗੇ, ਇਹਦੇ ਨਾਲ ਪਕਾ ਲਾਂਗੇ। ਅਤੇ ਬਿਲਕੁਲ ਹੀ ਫਲੇਮ ਹੈ ਜਿਹੜੀ ਆਪਾਂ ਮੀਡੀਅਮ ਜੀ ਰੱਖਾਂਗੇ ਜੀ, ਹਾਈ ਨਹੀਂ ਕਰਨੀ। ਜਦੋਂ ਹਲਕਾ ਜਿਹਾ ਅੱਧਾ ਕੁ ਮਿੰਟ ਇਹਨਾਂ ਨੂੰ ਮਿਕਸ ਕਰ ਲਿਆ ਅਦਰਕ ਲਸਣ ਦੇ ਨਾਲ, ਅਤੇ ਉਸ ਤੋਂ ਬਾਅਦ ਇਹਦੇ ਉੱਪਰ ਪਾ ਦੇਂਗੇ ਜੀ ਆਪਾਂ ਇਹ ਪਹਿਲਾਂ ਹੀ ਪਕਾਈਆਂ ਹੋਈਆਂ ਸੀ ਜਿਹੜੀਆਂ ਸਬਜ਼ੀਆਂ। ਅਤੇ ਹੁਣ ਆਪਾਂ ਸਵਾਦ ਅਨੁਸਾਰ ਇਹਦੇ ਵਿੱਚ ਨਮਕ ਐਡ ਕਰ ਦਿਆਂਗੇ ਜੀ, ਅਤੇ ਨਮਕ ਅਤੇ ਸਬਜ਼ੀਆਂ ਨੂੰ ਚੌਲਾਂ ਦੇ ਨਾਲ ਮਿਕਸ ਕਰ ਦਿਆਂਗੇ। ਅਤੇ ਜਿਹੜਾ ਪਨੀਰ ਆਪਾਂ ਇਸ ਤਰੀਕੇ ਨਾਲ ਗੋਲਡਨ ਕਰਕੇ ਰੱਖਿਆ ਸੀ ਨਾ, ਇਹ ਐਡ ਕਰ ਦਿਆਂਗੇ ਵਿੱਚ ਆਪਾਂ, ਅਤੇ ਪਨੀਰ ਨੂੰ ਵੀ ਮਿਕਸ ਕਰ ਦਿਆਂਗੇ ਜੀ। ਦੇਖੋ ਜੀ ਕਿੰਨੇ ਵਧੀਆ ਆਪਣੇ ਚੌਲ ਤਿਆਰ ਹੋ ਗਏ ਆ, ਪਰ ਹਜੇ ਚੰਗੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਤਿਆਰ ਨਹੀਂ ਕੀਤਾ, 1-2 ਚੀਜ਼ਾਂ ਹੋਰ ਰਹਿ ਗਈਆਂ। ਸਭ ਤੋਂ ਪਹਿਲਾਂ ਜੀ ਇਹਦੇ ਵਿੱਚ ਆਪਾਂ ਇਹਨਾਂ ਨੂੰ ਸਜਾਉਣ ਦੇ ਲਈ ਇਹਦੇ ਵਿੱਚ ਜਿਹੜੇ ਡਰਾਈ ਫਰੂਟ ਆਪਾਂ ਤਿਆਰ ਕਰਕੇ ਰੱਖੇ ਸੀ ਨਾ ਉਹ ਵੀ ਐਡ ਕਰ ਦਿਆਂਗੇ। ਡਰਾਈ ਫਰੂਟ ਜੋ ਵੀ ਘਰੇ ਹੋਏ ਨਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਤੁਸੀਂ ਉਹੀ ਤਿਆਰ ਕਰਕੇ ਰੱਖ ਲਿਓ। ਅਤੇ ਇਹ ਹੈਗੇ ਜੀ ਫਰਾਈਡ ਅਨੀਅਨ, ਇਹਨਾਂ ਨੂੰ ਵੀ ਮੈਂ ਘਰੀ ਤਿਆਰ ਕੀਤਾ, ਇਹਦੇ ਨਾਲ ਚੌਲਾਂ ਦੇ ਵਿੱਚ ਫਲੇਵਰ ਬਹੁਤ ਵਧੀਆ ਆਊਗਾ, ਅਤੇ ਦੇਖਣ 'ਚ ਵੀ ਚੌਲ ਬਹੁਤ ਵਧੀਆ ਲੱਗਦੇ ਆ ਜਦੋਂ ਤੁਸੀਂ ਸਰਵ ਕਰਦੇ ਹੋ। ਇਹ ਐਡ ਕਰ ਦਿਆਂਗੇ, ਅਤੇ ਉੱਪਰੋਂ ਆਪਾਂ ਪੁਦੀਨੇ ਦੀਆਂ ਪੱਤੀਆਂ ਐਡ ਕਰ ਦਿਆਂਗੇ। ਜੇ ਤੁਹਾਡੇ ਕੋਲ ਪੁਦੀਨਾ ਨਾ ਹੋਇਆ ਤਾਂ ਤੁਸੀਂ ਹਰੇ ਧਨੀਏ ਨੂੰ ਬਰੀਕ ਕੱਟ ਕੇ ਵੀ ਐਡ ਕਰ ਸਕਦੇ ਹੋ। ਉੱਪਰੋਂ ਜੀ ਥੋੜ੍ਹਾ ਜਿਹਾ ਆਪਾਂ ਨਿੰਬੂ ਨਿਚੋੜ ਦਿਆਂਗੇ, ਇਹਦੇ ਨਾਲ ਫਲੇਵਰ ਬਹੁਤ ਵਧੀਆ ਆਊਗਾ।
जी इस तरीके सजा ले आप सारिया चीजा एड कर दी हूँ लास्ट के पावे आप देसी घ्यो या बटर इस तरीके ना सारे चौल जो देसी घ्यो दे भी बनाओगे या बटर च बहुत बहुत वधिया टेस्ट आऊगा। तो इस तरीके जो आप देसी घ्यो या बटर ऐड करता तो हूँ जी चूल्हे से रखा आप सिर्फ कोलिया की फ्लेम से जो गैस से बनाओगे ना फ्लेम बिल्कुल स्लो कर लियो। तो 2 मिनट जी आप चूल्हे से रख देंगे बिल्कुल कोलिया की फ्लेम से इस तरीके ढाक देंगे आप गर्मा गर्म चौल जी 2 मिनटा बाद बन के बिल्कुल तैयार है। तो गर्म गर्म आप सर्व करा रायते बहुत टेस्टी लगन गए। तो चौलों में जी आप सर्व करा रायते आगे दस सर्व कि बने ठीक है किमें बने जमी। तो जेकर वीडियो वधिया लगी जी लाइक जरूर करो वध-वध शेयर करो तो अपने चैनल नूं हुणे सबसक्राइब कर लो जेकर पहली बार वीडियो देख रहे हो। आप मिलेंगे नैक्सट रैसपी के नाल तद तक लई तुहानू सारयां नूं सत श्री अकाल जी।